ਤੁਸੀਂ ਦੇਖ ਰਹੇ ਹੋ ਵਿਆਕਰਨ ਵਲੌਗ ਜਿਹੜੇ ਕਿ ਮੇਰੇ ਚੈਨਲ ਉੱਤੇ ਨਵੇਂ ਨੇ ਅਤੇ ਆਪਾਂ ਅੱਜ ਖੜ੍ਹੇ ਹਾਂ ਜਹਾਜਗੜ੍ਹ ਜਿਵੇਂ ਕਿ ਮੈਂ ਲਾਸਟ ਵਾਲੇ ਵਲੌਗ 'ਚ ਦੱਸਿਆ ਸੀਗਾ ਕਿ ਅਸੀਂ ਲੋਏ ਪਤਾ ਕਰ ਰਹੇ ਸੀ ਇੱਥੇ ਅਤੇ ਇਹ ਬੜਾ ਵੱਡਾ ਇੱਕ ਕਬਾੜਖਾਨਾ ਇੱਥੋਂ ਸੈਕਿੰਡ ਹੈਂਡ ਸਮਾਨ ਸਾਰਾ ਮਿਲ ਜਾਂਦਾ ਹੈ ਅਤੇ ਇੱਥੇ ਜਿਹੜੇ ਲੋਏ ਵੀਲਸ ਆ ਜਾਂ ਟਾਇਰ ਨਵੇਂ ਵੀ ਥੋੜ੍ਹੇ ਜਿਹੇ ਮਿਲ ਜਾਂਦੇ ਪਰ ਜ਼ਿਆਦਾਤਰ ਇੱਥੇ ਪੁਰਾਣਿਆਂ ਦਾ ਕੰਮ ਹੁੰਦਾ ਆ ਅਤੇ ਇਹਨਾਂ ਸਰ ਹੁਣਾਂ ਕੋਲ ਅਸੀਂ ਟਾਇਰ ਲੈਣ ਆਏ ਸੀਗੇ ਅਤੇ ਲਾਸਟ ਟਾਈਮ ਅਸੀਂ ਉਹਨਾਂ ਨਾਲ ਗੱਲ ਕਰਕੇ ਕਿਹਾ ਸੀ ਉਹਨਾਂ ਤੋਂ ਆਪਣੀ ਗੱਡੀ ਲੈ ਕੇ ਆਏ ਹਾਂ ਰੋਮੀ ਦੀ ਵੀ ਕਹਿੰਦਾ ਚੇਂਜ ਕਰਾਉਣੇ ਆ ਅਤੇ ਅਸੀਂ ਲੋਏ ਚੇਂਜ ਕਰਾਵਾਂਗੇ ਨਾਲੇ ਤੁਹਾਨੂੰ ਦਿਖਾਉਂਦੇ ਹਾਂ ਸੈਕਿੰਡ ਹੈਂਡ ਲੋਏ ਕਿਹੜੀ ਕੰਡੀਸ਼ਨਸ ਮਿਲ ਜਾਂਦੇ ਨੇ ਅਤੇ ਟਾਇਰ ਕਿੱਦਾਂ ਦੇ ਮਿਲ ਜਾਂਦੇ ਨੇ ਅਤੇ ਕਿੰਨੀ ਕੁ ਪ੍ਰਾਈਸ ਦੇ ਵਿੱਚ ਮਿਲ ਜਾਂਦੇ ਨੇ ਅਤੇ ਉਹਦੇ ਰਿਲੇਟਡ ਆਪਾਂ ਵੇਖਾਂਗੇ ਅੱਜ ਆਪਾਂ ਦੇਖਦੇ ਹਾਂ ਲੋਏ ਅਤੇ ਟਾਇਰ ਹਰੇਕ ਤਰ੍ਹਾਂ ਦੇ ਹਰੇਕ ਗੱਡੀ ਦੇ ਸੈਕਿੰਡ ਹੈਂਡ ਅਲੋਏ ਟਾਇਰ ਮਿਲ ਜਾਣਗੇ ਮਤਲਬ ਤੁਹਾਨੂੰ ਦੇਖ ਕੇ ਲੈਣੇ ਪੈਣਗੇ ਪਰ ਇਹ ਸੈਕਿੰਡ ਹੈਂਡ ਨੇ ਕਾਫੀ ਘੱਟ ਰੇਟਾਂ ਉੱਤੇ ਮਿਲ ਜਾਂਦੇ ਨੇ ਤੁਹਾਡੀ ਡਿਮਾਂਡ ਸੀਗੀ ਜਿਵੇਂ ਕਿ ਤੁਸੀਂ ਘੱਟ ਰੇਟ ਵਾਲੇ ਕੋਈ ਅਲੋਏ ਵੀਲ ਦਾ ਸੈਕਿੰਡ ਹੈਂਡ ਉਹਦੇ ਮੈਨੂੰ ਮੈਸੇਜ ਤੁਸੀਂ ਕੀਤੇ ਸੀਗੇ ਅਤੇ ਮੈਂ ਅੱਜ ਉਹਦੇ 'ਤੇ ਵਲੌਗ ਬਣਾ ਰਿਹਾ ਜਹਾਜਗੜ੍ਹ ਅੰਮ੍ਰਿਤਸਰ ਦੇ ਵਿੱਚ ਆ ਬੱਸ ਸਟੈਂਡ ਦੇ ਕੋਲ ਅਜੇ ਲੋਕੇਸ਼ਨ ਵੀ ਸ਼ੇਅਰ ਕਰੂੰਗਾ ਅਤੇ ਜਿਨ੍ਹਾਂ ਨੂੰ ਇਹਦੇ ਬਾਰੇ ਇਨਫੋਰਮੇਸ਼ਨ ਘੱਟ ਆ ਮੇਰਾ ਲਾਸਟ ਵਲੌਗ ਚੈੱਕ ਕਰਿਓ 'ਚ ਮੈਂ ਸਾਰੀ ਪਾਈ ਹੋਈ ਆ ਇਸ ਮਾਰਕੀਟ 'ਚ ਤੁਹਾਨੂੰ ਮਤਲਬ ਮੋਟਰਸਾਈਕਲਾਂ ਦੇ ਅਲੋਏ ਵੀ ਮਿਲ ਜਾਣਗੇ ਅਤੇ ਮਤਲਬ ਹਰੇਕ ਤਰ੍ਹਾਂ ਦੀ ਤੁਸੀਂ ਇੱਥੋਂ ਚੀਜ਼ ਲੈ ਸਕਦੇ ਹੋ ਮੈਂ ਦਿਖਾਇਆ ਤੁਹਾਨੂੰ ਮਾਰਕੀਟ ਦਿਖਾਈ ਸੀਗੀ ਅਤੇ ਸਾਰੀ ਸੈਕਿੰਡ ਹੈਂਡ ਦੀ ਆਲਮੋਸਟ ਅਤੇ ਇਹਨਾਂ ਕੋਲੋਂ ਵੀ ਅਲੋਏ ਵੀ ਜਿਹੜੇ ਆ ਮੋਟਰਸਾਈਕਲਾਂ ਦੇ ਵੀ ਅਵੇਲੇਬਲ ਆ ਟਾਇਰ ਵੀ ਹੈਗੇ ਆ ਔਰ ਟਰੈਕਟਰ ਟਾਇਰ ਵੀ ਤੁਸੀਂ ਲੈ ਸਕਦੇ ਹੋ ਮਤਲਬ ਸਾਰੇ ਤਰ੍ਹਾਂ ਟਾਇਰ ਵੀ ਇਹਨਾਂ ਕੋਲ ਮਿਲ ਜਾਂਦੇ ਹਾਂਜੀ ਸਰ ਅਸੀਂ ਉਹਨਾਂ ਦੀ ਦੁਕਾਨ ਦੇ ਅੰਦਰ ਹਾਂ ਅਤੇ ਸਰ ਹੁਣ ਅਸੀਂ ਸ਼ੋਪ ਆ ਤੁਹਾਨੂੰ ਥੋੜ੍ਹੀ ਇਨਫੋਰਮੇਸ਼ਨ ਦੇ ਦੇਣਗੇ ਇਹਨਾਂ ਕੋਲ ਕਿਹਦੇ ਰਿਲੇਟਿਡ ਸਰ ਤੁਹਾਡੇ ਕੋਲ ਕਿਹੜੇ ਕਿੱਦਾਂ ਕਿੱਦਾਂ ਦੇ ਅਲੋਏ ਜਾਂ ਟਾਇਰ ਮਿਲ ਜਾਂਦੇ ਜੀ ਸਾਡੇ ਕੋਲ ਤੇ ਬਾਈਕ ਤੋਂ ਲੈ ਕੇ ਆਪਣਾ ਸਕਾਰਪੀਓ ਨੋਵਾ ਮਰੂਤੀ ਸਾਰੀਆਂ ਗੱਡੀਆਂ ਦੇ ਲਾਈ ਮਿਲ ਜਾਂਦੇ ਆ ਟਾਇਰ ਮਿਲ ਜਾਂਦੇ ਆਪਣੇ ਕੋਲ ਅੱਛਾ ਤੇ ਮੋਸਟਲੀ ਤੁਸੀਂ ਮਤਲਬ ਸੈਕਿੰਡ ਹੈਂਡ ਨੂੰ ਡੀਲ ਕਰਦੇ ਹੋ ਹਾਂ ਸਾਡਾ ਸੈਕਿੰਡ ਹੈਂਡ ਹਾਂਜੀ ਹੁਣ ਮਤਲਬ ਆਮ ਜਿਹੜਾ ਗੱਡੀ ਦਾ ਮਤਲਬ ਸਵਿਫਟ ਗੱਡੀ ਨੂੰ ਕਿਹਨੇ ਟਾਇਰ ਅਲੋਏ ਪਾਉਣੇ ਹੁੰਦੇ ਤੁਸੀਂ ਕਿੰਨੇ ਕਿਤੇ ਪਾ ਦਿੰਦੇ ਹੋ ਅਸੀਂ ਉਹਨੂੰ ਸਟਾਰਟਿੰਗ ਆਪਣੇ ਕੋਲ ਜੇ ਪੁਰਾਣੇ ਲਾਏ ਕਿੰਨੇ ਉਹਨੇ ਪਾਣੇ ਟਾਇਰ ਉਹਨਾਂ ਨੇ ਆਪਣੇ ਰੱਖਣੇ ਆ 8,085 ਚ ਉਹਨਾਂ ਨੂੰ ਪਿੰਨ ਪਾ ਦਿੰਦੇ ਆ ਜੀ ਇਹ ਤਾਂ ਕਈ ਵਾਰੀ ਕੰਪਲੇਂਟ ਹੁੰਦੀ ਹੈ ਕਿ ਕ੍ਰੈਕ ਵਗੈਰਾ ਮਤਲਬ ਉਹ ਕੋਈ ਇਦਾਂ ਦੀ ਕੰਪਲੇਂਟ ਆਪਣੇ ਕੋਲ ਤੇ ਹੈ ਨਹੀਂ ਕੋਈ ਨਹੀਂ ਫਰੈਸ਼ ਮਾਲ ਹੁੰਦਾ ਕੋਈ ਹੁੰਦਾ ਜੋ ਕਈ ਹੁੰਦਾ ਪੁਰਾਣੀ ਦੁਕਾਨ ਕਈ ਕੁਛ ਟਾਇਰ ਵੇਚਦੇ ਕੋਈ ਕਸਟਮਰ ਆ ਸਸਤੀ ਚੀਜ਼ ਮੰਗਦਾ ਇਸ ਲਈ ਉੱਤੇ ਵੀ ਡਿਪੈਂਡ ਹੋ ਜਾਂਦੀ ਚੀਜ਼ ਤੇ ਠੀਕ ਹੈ ਠੀਕ ਹੈ ਤੇ ਸਰ ਇਹ ਤੁਹਾਡੀ ਦੁਕਾਨ ਜਿਹੜੀ ਕਿੱਥੇ ਆ ਪ੍ਰੋਪਰ ਦਾ ਐਡਰੈਸ ਕੀ ਆ ਇਹ ਆਪਣੀ ਮੇਨ ਜਹਾਜਗੜ੍ਹ ਮਾਰਕੀਟ ਹੈ ਠੀਕ ਹੈ ਆਪਣਾ ਹਾਈਵੇ ਤੋਂ ਅੰਦਰ ਆਉਂਦਾ ਨਜੀ ਪੈਟਰੋਲ ਪੰਪ ਦੇ ਅੰਦਰ ਠੀਕ ਹੈ ਰਾਮਤਲਾਈ ਚੌਂਕ ਆ ਜਾਂਦਾ ਮੇਨ ਉਹਦੇ ਨਾਲ ਐਂਟਰੀ ਕਰਕੇ ਆਪਣੀ ਲੈਫਟ ਸਾਈਡ ਤੇ ਆ ਰਿਹਾ ਹੈ ਹਾਂ ਲੈ ਤੁਸੀਂ ਦੇਖਿਆ ਤਾਂ ਵਾਈਡਿੰਗ ਸਟਾਰਟਿੰਗ ਦੇ ਵਿੱਚ ਮੈਂ ਦਿਖਾਈ ਤੁਹਾਨੂੰ ਕਿ ਲੈਫਟ ਹੈਂਡ ਸਾਈਡ ਤੇ ਦੁਕਾਨ ਆ ਤੇ ਸਰ ਆਪਣਾ ਸਰ ਮਤਲਬ ਕਿੰਨੇ ਵਜੇ ਤੁਸੀਂ ਸ਼ਾਪ ਓਪਨ ਕਰਦੇ ਕਿੰਨੇ ਵਜੇ ਕਲੋਜ਼ ਕਰਦੇ ਜੀ ਸ਼ਾਪ ਆਪਣੀ ਸਵੇਰੇ ਓਪਨ ਹੋ ਜਾਂਦੀ ਹੈ ਜੀ 9:30 ਵਜੇ ਓਪਨ ਹੋ ਜਾਂਦੀ ਹੈ ਸ਼ਾਮ 7:30 ਵਜੇ ਤੱਕ ਸਰ ਸੰਡੇ ਵੀ ਆਪਾਂ ਓਪਨ ਹੁੰਦੇ ਹਾਂ ਸੰਡੇ ਹੁੰਦੇ ਓਪਨ ਜੀ ਲਾਸਟ ਸੰਡੇ ਤੇ ਛੁੱਟੀ ਹੁੰਦੀ ਹੈ ਲਾਸਟ ਸੰਡੇ ਕਲੋਜ਼ ਦਾ ਮਾਰਕੀਟ ਸਾਰੇ ਕਲੋਜ਼ ਹੁੰਦੀਆਂ ਨੇ ਆਪਣੀ ਸੰਡੇ ਹੁੰਦੇ 4 ਵਜੇ ਤੱਕ ਹੁੰਦੇ ਜੀ ਤੇ ਠੀਕ ਹੈ ਸਰ ਇਹ ਸੀ ਕਿ ਇਨਫੋਰਮੇਸ਼ਨ ਮੈਂ ਲੋਕੇਸ਼ਨ ਸ਼ੇਅਰ ਕਰ ਲੋਕੇਸ਼ਨ ਸ਼ੇਅਰ ਕਰ ਦੂੰਗਾ ਇਹਨਾਂ ਦੀ ਤੇ ਬਾਕੀ ਇਹਨਾਂ ਦਾ ਕੰਟੈਕਟ ਨੰਬਰ ਬੋਰਡ ਤੇ ਲਿਖਿਆ ਮੈਂ ਬਾਕੀ ਇਹਨਾਂ ਨੂੰ ਕਾਰਡ ਲੈ ਲੈਣਾ ਉਹ ਵੀ ਤੁਹਾਨੂੰ ਪਾ ਦਿੰਦੇ ਹਾਂ ਕਿ ਅਸੀਂ ਲੋਏ ਪਸੰਦ ਕੀਤੇ ਨੇ ਹੁਣ ਉਹ ਪਵਾਉਣੇ ਤਾਂ ਦਿਖਾਉਣੇ ਨਾਲੇ ਪਾ ਕੇ ਕਿਵੇਂ ਦੇ ਲੱਗਦੇ ਨੇ ਹਾਂਜੀ ਮਾਰਕੀਟ ਦੇ ਵਿੱਚ ਲਾਈਟ ਗਈ ਹੋਈ ਹੈ ਸਵੇਰ ਦੀ ਅੱਜ ਇਸ ਕਰਕੇ ਲਾਈਟ ਹੈ ਨਹੀਂ ਕਿ ਥੋੜ੍ਹੀ ਜਿਹੀ ਪ੍ਰੋਬਲਮ ਪਰ ਫਿਰ ਵੀ ਲੋਏ ਤੁਹਾਨੂੰ ਦਿਖ ਜਾਣੇ ਮੈਂ ਤੁਹਾਨੂੰ ਦਿਖਾਉਂਦਾ ਨਾ ਇੱਦਾਂ ਟੰਗੇ ਹੁੰਦੇ ਆ ਤੁਹਾਨੂੰ ਆਹ ਕੰਡੀਸ਼ਨ ਦੇ ਵਿੱਚ ਲੋਏ ਇੱਥੇ ਮਿਲ ਜਾਂਦੇ ਆ ਬਲੈਰੋ ਵੀ ਲੋਏ ਪਸੰਦ ਕਰ ਲਿਆ ਹੁਣ ਤੁਹਾਨੂੰ ਦਿਖਾਉਂਦੇ ਹਾਂ ਅਤੇ ਇਹਨਾਂ ਦੇ ਜਿਹੜੇ ਫਿਟਿੰਗ ਕਰਦੇ ਆ ਉੱਥੇ ਜਾ ਕੇ ਤੁਹਾਨੂੰ ਦਿਖਾਉਣਾ ਮੈਂ ਲੋਏ ਇਹਨਾਂ ਦੇ ਬਾਕੀ ਇਹਨਾਂ ਕੋਲ ਬਹੁਤ ਤਰ੍ਹਾਂ ਦੇ ਲੋਏ ਮਿਲ ਜਾਂਦੇ ਆ ਮਤਲਬ ਤੁਸੀਂ ਹਰੇਕ ਤਰ੍ਹਾਂ ਦੇ ਹਰੇਕ ਗੱਡੀ ਦੇ ਲੈ ਸਕਦੇ ਹੋ ਅਤੇ ਪਰ ਥੋੜ੍ਹਾ ਜਿਹਾ ਤੁਹਾਨੂੰ ਸਰਵੇ ਕਰਨਾ ਚਾਹੀਦਾ ਮੰਡੀ ਦੇ ਵਿੱਚ ਕਿਉਂਕਿ ਇਹ ਬਹੁਤ ਵੱਡੀ ਮੰਡੀ ਹੈ ਇੱਕ ਹਿਸਾਬ ਦੀ ਮਾਰਕੀਟ ਕਹਿ ਸਕਦੇ ਹੋ ਅਤੇ ਬੜੇ ਕਿਆ ਦੁਕਾਨਾਂ ਨੇ ਤੁਸੀਂ ਸਰਵੇ ਕਰਿਆ ਤਾਂ ਤੁਹਾਨੂੰ ਪਸੰਦ ਆਉਂਦੇ ਆ ਬਾਰਗਨਿੰਗ ਕਰਕੇ ਅਤੇ ਤੁਸੀਂ ਫਿਰ ਆਪਣੇ ਅਲੋਏ ਪਵਾਓ ਚੈੱਕ ਕਰਕੇ ਪ੍ਰੋਪਰ ਕਿਉਂਕਿ ਇਹ ਸੈਕਿੰਡ ਹੈਂਡ ਆ ਕਈ ਵਾਰੀ ਕ੍ਰੈਕ ਵੀ ਹੁੰਦੇ ਨੇ ਬਟ ਇਹ ਬੰਦੇ ਫਿਰ ਵੀ ਕਹਿੰਦੇ ਕਿ ਸਾਡੀ ਗਰੰਟੀ ਆ ਨਹੀਂ ਹੋਣਗੇ ਅਤੇ ਫਿਰ ਵੀ ਤੁਸੀਂ ਧਿਆਨ ਰੱਖਿਓ ਇਸ ਚੀਜ਼ ਦਾ ਦੱਸਿਆ ਕਿ ਆਪਾਂ ਚੇਂਜ ਕਰਨ ਲੱਗੇ ਹਾਂ ਵੀ ਉਹਦੀਆਂ ਜਿਹੜੀਆਂ ਹੱਬਾਂ ਸੀਗੀਆਂ ਉਹ ਘੱਟ ਬਾਹਰ ਸੀਗੀਆਂ ਅਤੇ ਰੋਮੀ ਕਹਿੰਦਾ ਕਿ ਟਾਇਰ ਥੋੜ੍ਹੇ ਜਿਹੇ ਬਾਹਰ ਚਾਹੀਦੇ ਆ ਵੈਸੇ ਅੱਜ ਕੱਲ੍ਹ ਮੈਨੂੰ ਪਤਾ ਕਿ ਇਹਦਾ ਚਲਾਣ ਆ ਪਰ ਫਿਰ ਵੀ ਮਾਈ ਮੰਨਦਾ ਨਹੀਂ ਕਿਸੇ ਨੂੰ ਉਹ ਕਹਿੰਦਾ ਕਿ ਬਾਹਰ ਕੱਢਣੇ ਆ ਇਸ ਕਰਕੇ ਉਹ ਅਸੀਂ ਚੇਂਜ ਕਰਨ ਲੱਗੇ ਤਾਂ ਸਾਨੂੰ ਸੋਹਣੇ ਲੱਗੇ ਦੀ ਹੱਬ ਵੀ ਬਾਹਰ ਆ ਬਾਕੀ ਮੈਂ ਡਿਟੇਲ ਤੁਹਾਨੂੰ ਨਾਲ ਵਾਲੀ ਦਿੰਦਾ ਹੋਰ ਆ ਨਾ ਲੋਏ ਥੋੜ੍ਹਾ ਜਿਹਾ ਇੱਥੋਂ ਨਾ ਯੈਲੋ ਜਿਹਾ ਹੋਇਆ ਹੁਣ ਨਾ ਰੋਮੀ ਨੂੰ ਮੈਂ ਕਹਿ ਰਿਹਾ ਪੁੱਤਰ ਉਹ ਨਵੇਂ ਦੇ ਨਹੀਂ ਲੱਗੇ ਤੂੰ ਆਇਆ ਤੂੰ ਸੈਕਿੰਡ ਹੈਂਡ ਪਾਉਣਾ ਤਾਂ ਫਿਰ ਸੈਕਿੰਡ ਹੈਂਡ ਦੇ ਦੇਣਗੇ ਆਪਣੇ ਵੀ ਵੇਖੋ ਨਾ ਕਿੱਦਾਂ ਦੇ ਚਮਕਦੇ ਆ ਚਮਕਦੇ ਹੋਣੇ ਤੇ ਦੇਣਾ ਵੀ ਇਹਨਾਂ ਨੇ ਕਿਸੇ ਮਤਲਬ ਤੁਹਾਨੂੰ ਦੱਸਦਾ ਲਾਸਟ ਸਾਈਡ ਡੀਲ ਕਿੰਨੇ 'ਚ ਹੋਈ ਹੈ ਇਹ ਅਤੇ ਇਹ ਹਿਸਾਬ ਦਾ ਫਿਰ ਉਹ ਵੀ ਤੁਸੀਂ
ਖਰਮ ਹੋਣੀ ਚਾਹੀਦੀ ਹੈ ਗੱਲ ਕਹਿਣ ਲੱਗੇ ਸੀ। ਵੇਖ ਲਓ ਬੰਦੇ ਦੇ ਹਾਲ ਹੈ, ਰੇਟ ਪੁਰਾਣਿਆਂ ਦਾ ਤੇ ਰੇਟ ਪੁਰਾਣਿਆਂ ਦਾ ਤੇ ਭਾਲੜੇ ਨਵੇਂ। ਪਰ ਇਹ ਹੁਣ ਬਰਾਬਰ ਹੋ ਜੂਗਾ। ਤੇ ਫਿਰ ਇਹ ਜਿੱਦਾਂ ਬੈਰੋ ਜਿਹੜੀ ਆ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਅਗਲੇ ਟਾਇਰ ਦੇ ਬਾਹਰ ਹੁੰਦੇ ਆ, ਪਿਛਲੇ ਥੋੜ੍ਹੇ ਜਿਹੇ ਹੋਰ ਅੰਦਰ ਚਲੇ ਜਾਂਦੇ ਆ, ਸਪੇਸਰ ਪਾ ਕੇ ਫਿਰ ਇੱਕੋ ਜਿਹੇ ਹੁੰਦੇ ਨੇ। ਪਰ ਇਹ ਜੇ ਹੱਬ ਤੁਹਾਡੀ ਡੂੰਘੀ ਆ, ਇਹ ਡੂੰਘੀ ਹੱਬ ਵਾਲੇ ਨੇ, ਅਤੇ ਉਹਦੇ ਕਰਕੇ ਫਿਰ ਕੀ ਹੁੰਦਾ ਹੈ ਕਿ ਟਾਇਰ ਬਾਹਰ ਆ ਜਾਂਦਾ, ਬੜਾ ਸੋਹਣਾ ਲੱਗਦਾ ਹੈ, ਗੇੜੀ ਗੁੜੀ ਮਾਰਨ ਨੂੰ ਚੰਗਾ ਰਹਿੰਦਾ ਹੈ ਕਿ ਨਹੀਂ ਰੋਮੀ? ਬਿਲਕੁਲ। ਹਾਂ ਰੋਮੀ ਬਾਈ ਹੁਣ ਸੋਚ ਰਿਹਾ ਕਿ ਵੈਸੇ ਘਰ ਸਰਦਾਰ ਨੂੰ ਕੀ ਕਹਿਣਾ ਹੈ, ਅਤੇ ਬਹਾਨਾ ਸੋਚਦਾ ਵੀ ਕੀ ਕਹਿਣਾ, ਗੇੜੀ ਪਾਉਣੀ ਆ। ਹਾਂ ਕਿਉਂਕਿ ਅਸੀਂ ਸੋਚ ਇਹਦੇ ਦੱਸਿਆ ਸੀਗਾ ਕਿ ਮੈਂ ਚੇਂਜ ਕਰ ਰਿਹਾ ਹੁਣ, ਬਾਕੀ ਸੈੱਟ ਦੇਖਿਆ ਅਤੇ ਇਹ ਕੋਈ ਆਪਣੀ ਬਲੈਰੋ ਨੂੰ ਪਵਾ ਰਿਹਾ ਹੈ ਵੀ, ਅਤੇ ਇਹ ਥਾਰ ਲੋਏ ਵੈਸੇ ਇਹਨੂੰ ਆਪਾਂ ਕਹਿ ਦਿੰਦੇ ਹਾਂ, ਅੱਜ ਕੱਲ੍ਹ ਟਰੈਂਡ 'ਚ ਹੈ ਵੀ ਚੀਜ਼, ਅਤੇ ਇਹ ਚਾਈਨੀਜ਼ ਟਾਇਰ ਉਸ 'ਤੇ ਪਵਾ ਰਹੇ ਆ, ਅਤੇ ਇਹ ਕੋਈ 4,000 ਦਾ ਟਾਇਰ ਹੁੰਦਾ, ਸਸਤਾ ਵੀ ਹੁੰਦਾ ਬਹੁਤ ਜ਼ਿਆਦਾ, ਅਤੇ ਪਰ ਇਹ ਮੈਨੂੰ ਕਹਿ ਰਹੇ ਕਿ 4,000 ਦਾ ਟਾਇਰ ਇਹਨਾਂ ਦੱਸਿਆ ਵੀ ਰੇਟ ਜਿਹੜਾ ਉਹਦਾ ਹੈਗਾ, ਅਤੇ ਇਹ ਆਹ ਬਲੈਰੋ ਨੂੰ ਕੋਈ ਪਵਾਈ ਜਾਂਦਾ, ਮਤਲਬ ਇਹ ਬਲੈਰੋ ਨੂੰ ਪਵਾ ਰਹੇ ਨੇ ਆਪਣੀ ਨੂੰ। ਬਾਕੀ ਇਹ ਆ ਕਿ ਤੁਹਾਨੂੰ ਸੈਕਿੰਡ ਹੈਂਡ ਟਾਇਰ ਵੀ ਮਿਲ ਜਾਣਗੇ ਇਹਨਾਂ ਕੋਲ, ਅਤੇ ਜਿਹੜੇ ਕਿ ਮੈਂ ਅੱਗੇ ਵੀ ਤੁਹਾਨੂੰ ਦੁਕਾਨ 'ਤੇ ਦਿਖਾਈ ਵੀ ਸੈਕਿੰਡ ਹੈਂਡ ਟਾਇਰ ਇਹਨਾਂ ਕੋਲ ਪਏ ਆ, ਇੱਥੇ ਇਹਨਾਂ ਦਾ ਗੋਦਾਮ ਵਾਲੀ ਸ਼ੋਪ ਇੱਥੇ ਚੇਂਜ ਕਰਕੇ ਦਿੰਦੇ ਆ, ਇਹਨਾਂ ਕੋਲ ਦਿਖਾਉਣਾ ਸੈਕਿੰਡ ਹੈਂਡ ਟਾਇਰ ਜਿਹੜੇ ਨੇ ਉਹ ਵੀ ਇੱਥੇ ਮਿਲ ਜਾਂਦੇ ਆ। ਪਰ ਜਿਹੜੇ ਸੈਕਿੰਡ ਹੈਂਡ ਟਾਇਰ ਤੁਸੀਂ ਲੈਂਦੇ ਹੋ ਬਹੁਤ ਧਿਆਨ ਨਾਲ ਵੇਖਣੇ ਪੈਂਦੇ, ਕਿਉਂ ਰੋਮੀ ਬਾਈ? ਬਿਲਕੁਲ, ਅਸੀਂ ਤਾਂ ਵਿਗਾੜ ਹੁੰਦਾ ਵੇਖਿਆ ਵੀ ਹਾਂ, ਤੁਸੀਂ ਵੇਖਿਆ ਹੋਣਾ ਲਾਸਟ ਮੈਂ ਵਲੋਗ ਪਾਇਆ ਉਹ 'ਚ ਕਿਵੇਂ ਗੁੱਟੀ ਕੱਢ ਰਹੇ ਨੇ ਇਹ ਪੁਰਾਣੇ ਟਾਇਰਾਂ ਦੀ, ਅਤੇ ਇਹ ਹੇਰਾਫੇਰੀ ਚੱਲਦੀ ਆ, ਹਰੇਕ ਜਗ੍ਹਾ ਚੱਲਦੀ ਆ, ਪਰ ਇਹ ਮੇਨ ਜਗ੍ਹਾ ਮਤਲਬ ਅੰਮ੍ਰਿਤਸਰ ਪੰਜਾਬ ਦੀ ਆਪਣੀ ਸਾਰਿਆਂ ਦਾ ਫੇਮਸ ਜਹਾਜਗੜ੍ਹ ਜਿਹਨੂੰ ਆਪਾਂ ਕਹਿੰਦੇ ਹਾਂ, ਅਤੇ ਇੱਥੇ ਟਾਇਰ ਬਹੁਤ ਮਿਲ ਜਾਂਦੇ ਆ ਤੁਹਾਨੂੰ, ਹਰੇਕ ਗੱਡੀ ਦੇ ਟਾਇਰ ਮਿਲ ਜਾਂਦੇ ਆ, ਲੋਇਜ਼ ਮਿਲ ਜਾਂਦੇ ਆ, ਅਤੇ ਦਿਖਾਈ ਤੁਹਾਨੂੂੰ ਲਾਸਟ ਵਾਲਾ ਵਲੋਗ, ਜਿਹਨੇ ਨਹੀਂ ਵੇਖਿਆ ਉਹ ਜ਼ਰੂਰ ਵੇਖਿਓ ਲਾਸਟ ਵਾਲਾ ਵਲੋਗ, ਉਹ 'ਚ ਮੈਂ ਸਾਰੀ ਇਨਫੋਰਮੇਸ਼ਨ ਦਿੱਤੀ ਕਿ ਇੱਥੋਂ ਕੀ ਮਿਲ ਜਾਂਦਾ। ਇਹ ਸਭ ਕੁਝ ਸੈਕਿੰਡ ਹੈਂਡ ਦੀ ਮਾਰਕੀਟ ਆ ਬੜੀ ਤਕੜੇ ਵਾਲੀ, ਅਤੇ ਇੱਥੋਂ ਆਲਮੋਸਟ ਸਾਰਾ ਸਮਾਨ ਸੈਕਿੰਡ ਹੈਂਡ ਹੀ ਮਿਲਦਾ, ਯੂਜ਼ ਸਮਾਨ ਮਿਲਦਾ, ਹਰੇਕ ਗੱਡੀ ਦਾ ਮਿਲ ਜਾਂਦਾ, ਬੀਮਰ, ਆਡੀ, ਮਸੜੀ, ਫੋਰਚੂਨਰ, ਮਰੂਤੀ, ਜੀਪਾਂ, ਟਰੱਕ ਹੋ ਗਏ, ਮਤਲਬ ਕਿਸੇ ਦਾ ਵੀ ਸਮਾਨ ਤੁਸੀਂ ਇੱਥੋਂ ਲੈ ਸਕਦੇ ਹੋ ਇਜ਼ੀਲੀ। ਆ ਜਾ ਐਡੀ ਦੂਰੋਂ ਕੋਈ ਜ਼ਿਆਦਾ ਫਰਕ ਨਹੀਂ ਲੱਗਣਾ ਵੈਸੇ ਗੱਡੀ ਦਾ। ਹਾਂ ਦੇਖੋ ਤੁਸੀਂ ਚੈੱਕ ਕਰੋ, ਮਤਲਬ ਉਹ ਅਗਲਾ ਟਾਇਰ ਸੀਗਾ ਅੱਗੇ, ਉਹਦੀ ਇੱਕ ਜਿਹੜੀ ਗੁੱਟੀ ਸੀਗੀ ਉਹ ਬਾਹਰ ਸੀ, ਹੁਣ ਦੋ ਬਾਹਰ ਹੋ ਗਈਆਂ। ਮੰਮੀ ਖੁਸ਼ ਆ? ਬਹੁਤ ਖੁਸ਼ੀ ਮਿਲ ਰਹੀ ਹੈ, ਥੱਕ ਰਹੇ ਜਾਈ ਗੱਡੀ ਦੇ ਆਲੇ ਦੁਆਲੇ ਫਿਰ ਕੇ? ਅੱਜ ਤਾਂ ਮੈਂ ਭਾਵੇਂ ਸੌਂ ਵੀ ਇੱਥੇ ਜਾਵਾਂ, ਇੰਨਾ ਚਾਅ ਮੈਨੂੰ। ਬਲੈਕ ਬਲੈਰੋ ਦੇਖੀ ਹੈ ਇਹ ਬਾਈ ਹੋਣਾ ਦੀ ਆ, ਅਤੇ ਇਹਨਾਂ ਨੇ ਟਾਇਰ ਪਵਾਏ ਨੇ, ਲੋਏ ਤਾਂ ਨਵੇਂ ਲਏ ਆ, ਟਾਇਰ ਵੀ ਨਵੇਂ ਨੇ। ਅਤੇ ਸਰ ਇਹ ਕਿੰਨੇ ਕੁ ਤੁਹਾਨੂੰ ਮਿਲ ਗਏ ਇਹਨਾਂ ਕੋਲੋਂ? ਇਹ ਆਪਾਂ ਨੂੰ 24 ਦੇ ਮਿਲੇ ਆ। ਅੱਛਾ, 24,000 ਦੇ ਵੀ ਪੁਰਾਣੇ ਵਿੱਚ ਦੇ ਗਏ, ਪੁਰਾਣੇ ਵਿੱਚ ਦੇ ਕੇ ਇੰਨੇ ਕੁ ਦਿਨ ਲਏ ਬਾਈ ਹੋਣਾ ਨੇ, ਅਤੇ ਮੁੰਡੇ ਆ ਸ਼ੌਂਕ ਵੀ ਪੂਰਾ ਕਰ ਰਹੇ ਆ ਬਾਈ। ਅਸੀਂ ਟਾਇਰ ਪਵਾ ਲਏ ਨੇ, ਅਤੇ ਰੋਮੀ ਬਾਈ ਨੂੰ ਬਹੁਤ ਚਾਅ ਚੜਿਆ ਇਸ ਚੀਜ਼ ਦਾ, ਅਤੇ ਪਰ ਥੋੜ੍ਹਾ ਜਿਹਾ ਨੁਕਸਾਨ ਵੀ ਹੋਇਆ ਇਸ ਚੀਜ਼ ਦਾ,
ਅਸੀਂ ਥੋੜ੍ਹੀ ਜਿਹੀ ਗੱਲ ਨਹੀਂ ਕੀਤੀ ਪਰ ਸਾਨੂੰ ਇਹ ਆਈਡੀਆ ਸੀਗਾ ਵੀ ਵਿੱਚੇ ਹੁੰਦੀ ਆ ਜਿਹੜੀ ਫਿਟਿੰਗ ਆ ਉਹਨਾਂ ਨੇ ਰੋਮੀ ਆਪਾਂ ਨੂੰ ਨਾਲ ਨਹੀਂ ਦਿੱਤੀ ਹਾਂ ਸਾਨੂੰ 250 ਰੁਪਏ ਉਹਦਾ ਐਕਸਟਰਾ ਦੇਣਾ ਪਿਆ ਅਤੇ ਵੇਟ ਜਿਹੜਾ ਕਰਾਇਆ ਸੀਗਾ ਉਹਦਾ ਵੀ 440 ਰੁਪਏ ਨੇ ਐਕਸਟਰਾ ਲਏ ਨੇ ਵੇਟ ਲੱਗਿਆ ਅਗਲੇ ਦੋਵਾਂ ਟਾਇਰ ਨੂੰ ਬੈਲਸਿੰਗ ਕਰਾਈ ਸੀਗੀ ਅਤੇ ਪਲੀਜ਼ ਮੈਂ ਤੁਹਾਨੂੰ ਰਿਕੁਐਸਟ ਕਰਦਾ ਕਿ ਤੁਸੀਂ ਜੇ ਇੱਦਾਂ ਦਾ ਕੋਈ ਲੈਂਦੇ ਹੋ ਨਵੀਂ ਚੀਜ਼ ਤਾਂ ਪਹਿਲਾਂ ਗੱਲ ਕਰਿਆ ਕਰੋ ਟਾਇਰ ਪਾਉਣ ਤੋਂ ਪਹਿਲਾਂ ਤੁਹਾਨੂੰ ਨੁਕਸਾਨ ਨਹੀਂ ਹੋਊਗਾ ਅਤੇ ਜਿਹੜੇ ਸਾਨੂੰ ਟਾਇਰ ਸੀਗੇ ਅਲੋਏ ਅਸੀਂ ਜਿਹੜੇ ਟਾਇਰ ਸਾਡੇ ਉਹੀ ਰਹੇ ਨੇ ਅਤੇ ਅਲੋਏ ਅਸੀਂ ਚੇਂਜ ਕਰਾਏ ਸੀ ਇਕੱਲੇ ਅਤੇ ਅਸੀਂ ਉਹਦੀ ਚੇਂਜ ਕਰਾਈ ਕਿੰਨੀ ਦਿੱਤੀ ਆ ਰੋਮੀ ਕਿੰਨੇ 'ਚ ਆਪਾਂ ਚੇਂਜ ਕਰਾਇਆ 600 ਨਹੀਂ ਉਹ 600 ਤੇ ਆਪਾਂ ਦਿੱਤਾ ਨਾ ਉਹਦਾ ਬੈਲਸਿੰਗ ਦਾ ਅਤੇ ਉਹਦਾ ਠੀਕ ਆ ਪਰ ਆਪਣੇ ਅਲੋਏ ਵੀਲ ਆਪਾਂ ਨੂੰ ਕਿੰਨੇ ਮਿਲੇ ਆ ਉਹ ਆਪਾਂ ਨੂੰ ਮਿਲੇ ਆ ਹਾਂ 3500 ਦੇ ਸਾਨੂੰ ਮਿਲੇ ਆ ਪਰ ਇਹ ਸਾਡੇ ਕੋਲ ਇਹ ਮੰਗਦਾ ਸੀਗਾ 5000-6000 ਰੁਪਇਆ ਹੈ ਨਾ 6 ਮੰਗਦਾ ਸੀਗਾ ਅਤੇ ਅੱਧ 'ਚ ਮਤਲਬ ਕੰਮ ਆ ਜਾਂਦਾ ਇੱਕ ਹਿਸਾਬ ਦਾ ਇਹ ਬਾਰਗਨਿੰਗ ਇਸ ਮਾਰਕੀਟ 'ਚ ਬਹੁਤ ਜ਼ਰੂਰੀ ਆ ਬੜੇ ਜਿਗਰਾ ਕੱਢ ਕੇ ਆਓ ਅਤੇ ਪੂਰੇ ਢੀਠ ਹੋ ਕੇ ਆਓ ਵੀ ਜਿਹੜੀ ਚੀਜ਼ ਲੈਣੀ ਆ ਉਹ ਮਤਲਬ ਤੁਸੀਂ ਉਸ ਹਿਸਾਬ ਨਾਲ ਚਲੋ ਤੁਸੀਂ ਬਾਰਗਨਿੰਗ ਹਰੇਕ ਚੀਜ਼ ਦੀ ਕਰਨੀ ਪਊਗੀ ਤੁਹਾਨੂੰ ਇੱਥੇ ਕਿਉਂਕਿ ਇੱਥੇ ਬਹੁਤ ਜ਼ਿਆਦਾ ਕਿ ਰੇਟ ਤਾਂ ਚੀਜ਼ ਮੰਗ ਲੈਂਦੇ ਆ ਅਤੇ ਨਵੀਂ ਰੇਟ ਚੀਜ਼ ਦਾ ਵੀ ਰੇਟ ਤੁਹਾਨੂੰ ਪਤਾ ਹੋਣਾ ਚਾਹੀਦਾ ਤਾਂ ਕਰਕੇ ਤੁਸੀਂ ਇੱਥੇ ਆਣ ਕੇ ਚੀਜ਼ਾਂ ਲੈ ਸਕਦੇ ਹੋ ਮਾਰਕੀਟ ਦੇ ਵਿੱਚ ਅਤੇ ਬਾਕੀ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰ ਸਕਦੇ ਹੋ ਮੇਰੇ ਦਿਆ ਅੰਡਰਸਕੋਰ ਕਰਨ ਦੇ ਨਾਮ 'ਤੇ ਮੇਰੀ ਆਈਡੀ ਆ ਅਤੇ ਦੋਸਤੋ ਚੈਨਲ ਸਬਸਕ੍ਰਾਈਬ ਕਰਨ ਵਾਸਤੇ ਤੁਸੀਂ ਇਹਨੂੰ ਪ੍ਰੈਸ ਕਰੋਗੇ ਅਤੇ ਇਹ ਰੈੱਡ ਤੋਂ ਬਲੈਕ ਹੋ ਜੂਗਾ ਚੈਨਲ ਸਬਸਕ੍ਰਾਈਬ ਹੋ ਗਿਆ ਨਾਲ ਹੀ ਤੁਸੀਂ ਬੈੱਲ ਬਟਨ ਪ੍ਰੈਸ ਕਰੋਗੇ ਤੁਹਾਨੂੂੰ ਨਵੀਂ ਵੀਡੀਓਜ਼ ਦੀ ਇਨਫੋਰਮੇਸ਼ਨ ਮਿਲਦੀ ਰਹੂਗੀ ਜਦੋਂ ਮੈਂ ਵੀਡੀਓ ਅਪਲੋਡ ਕਰਦਾ ਤੁਸੀਂ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਜਿਨ੍ਹਾਂ ਨੂੰ ਕੋਈ ਇੱਦਾਂ ਦੀ ਮਾਰਕੀਟ ਜਾਂ ਆਪਣੇ ਪੰਜਾਬ ਦੀਆਂ ਸਪੈਸ਼ਲ ਮਾਰਕੀਟਸ ਬਾਰੇ ਇਨਫੋਰਮੇਸ਼ਨ ਚਾਹੀਦੀ ਹੋਵੇ ਅਤੇ ਬੈੱਲ ਬਟਨ ਪ੍ਰੈਸ ਕਰਨਾ ਨਾ ਭੁੱਲਿਓ ਕਿਉਂਕਿ ਤੁਹਾਨੂੰ ਵੀਡੀਓ ਦੀ ਇਨਫੋਰਮੇਸ਼ਨ ਮਿਲਦੀ ਰਹੂਗੀ ਅਤੇ ਥੈਂਕ ਯੂ ਸੋ ਮੱਚ ਫੋਰ ਵਾਚਿੰਗ ਦਿਸ ਵਲੋਗ ਮਿਲਦੇ ਹਾਂ ਕਿਸੇ ਨਵੀਂ ਜਗ੍ਹਾ ਦਾ ਵਲੋਗ ਲੈ ਕੇ ਬਾਏ ਬਾਏ।